ਸਸ਼ਕਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਸ਼ੇਡਸ ਬਾਈ ਦਿਲਜੋਤ YouTube ਚੈਨਲ। ਵੈਸੇ ਤਾਂ ਮੇਰਾ ਵਲੌਗ ਤੁਸੀਂ ਦੇਖ ਹੀ ਰਹੇ ਹੋ, ਅਸੀਂ ਕੰਟੀਨਿਊ ਲੈ ਕੇ ਆ ਰਹੇ ਹਾਂ। ਔਰ ਜਿਹੜਾ ਇਹ ਵਾਲਾ ਵਲੌਗ ਹੈ, ਇਹ ਤੁਸੀਂ ਜਿੱਦਾਂ ਅਸੀਂ ਪਹਿਲਾਂ ਵੀ ਸਾਡਾ ਸ਼ੂਟ ਹੋ ਰਿਹਾ ਸੀ ਉਹਦੇ ਨਾਲ ਹੀ ਅਸੀਂ ਇਹ ਸ਼ੂਟ ਕਰਨ ਜਾ ਰਹੇ ਹਾਂ, ਕਿਉਂਕਿ ਜਿਸ ਹਿਸਾਬ 'ਤੇ ਟਾਈਮ ਲੱਗਦਾ ਸੀ ਉਸ ਅਕੋਰਡਿੰਗ ਸ਼ੂਟ ਕਰਦੇ ਹਾਂ। ਔਰ ਕਿਉਂਕਿ ਮੈਨੂੰ ਇਹ ਹੁੰਦਾ ਕਿ ਕਿਉਂ ਨਾ ਮੈਂ ਤੁਹਾਡੇ ਸਾਰਿਆਂ ਨਾਲ ਜੁੜੀ ਰਹਾਂ, ਕਿਉਂਕਿ ਜ਼ਿਆਦਾਤਰ ਸਾਰੇ ਹੀ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਆ ਯੂਟਿਊਬ 'ਤੇ, ਤਾਂ ਸਾਡੀ ਵੀ ਡਿਊਟੀ ਬਣਦੀ ਹੈ ਕਿ ਅਸੀਂ ਵੀ ਉਹਨਾਂ ਦੀ ਟਾਈਮ ਜ਼ਰੂਰ ਕੱਢੀਏ। ਤਾਂ ਉੱਥੇ ਤੁਹਾਡੀ ਵੀ ਡਿਊਟੀ ਬਣਦੀ ਹੈ ਕਿ ਤੁਸੀਂ ਵੀ ਸਾਡੇ ਲਈ ਜ਼ਰੂਰ ਟਾਈਮ ਕੱਢਦੇ ਹੋਏ ਸਾਡੇ ਵਲੌਗ ਜ਼ਰੂਰ ਦੇਖਿਆ ਕਰੋ। ਔਰ ਅੱਜ ਦਾ ਵਲੌਗ ਸ਼ੂਟ ਕਰਨ ਤੋਂ ਪਹਿਲਾਂ ਮੇਰੀ ਤੁਹਾਡੇ ਸਾਰਿਆਂ ਦੀ ਇਹ ਰਿਕੁਐਸਟ ਹੈ ਕਿ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣ, ਕਿਉਂਕਿ ਅਸੀਂ ਜੋ ਵੀ ਨਿਊ ਅਪਡੇਟਸ ਦਿੰਦੇ ਹਾਂ ਆਲਰੇਡੀ ਉਹ ਤੁਹਾਡੀ ਸਕਰੀਨ ਦੇ ਉੱਪਰ ਆਪਣੇ ਆਪ ਤੁਹਾਨੂੰ ਸ਼ੋ ਹੁੰਦੇ ਰਹਿਣ। ਔਰ ਹੁਣ ਮੈਂ ਅੱਜ ਜੋ ਆਪਣਾ ਪਹਿਲਾ ਸੂਟ ਲੈ ਕੇ ਆਵਾਂਗੀ ਉਹ ਮੈਂ ਟਿਸ਼ੂ ਦੇ ਉੱਪਰ ਲੈ ਕੇ ਆਵਾਂਗੀ, ਔਰ ਉਹਦੇ ਉੱਪਰ ਸਾਰਾ ਹੈਂਡ ਵਰਕ ਕੀਤਾ ਹੋਇਆ ਸੀ। ਜਿਹੜਾ ਮੈਂ ਇਹ ਸੂਟ ਲੈ ਕੇ ਆਈ ਹਾਂ ਇਹ ਮੈਂ ਟਿਸ਼ੂ ਫੈਬਰਿਕ 'ਤੇ ਲੈ ਕੇ ਆਈ ਹਾਂ, ਇਹਦੇ ਉੱਪਰ ਸਾਰਾ ਆਪਾਂ ਹੈਂਡ ਵਰਕ ਕੀਤਾ ਹੋਇਆ। ਵੈਸੇ ਤਾਂ ਇਹ ਸੈਂਪਲ ਮੈਂ ਤੁਹਾਡੇ ਨਾਲ ਪਹਿਲਾਂ ਵੀ ਸ਼ੇਅਰ ਕੀਤਾ ਹੋਇਆ, ਤਾਂ ਮੈਂ ਸੋਚਿਆ ਕਿ ਉਹਨਾਂ ਇੱਕ ਵਾਰੀ ਹੋਰ ਸ਼ੇਅਰ ਕੀਤਾ ਜਾਏ। ਔਰ ਕਿਉਂਕਿ ਬਹੁਤ ਸਾਰੇ ਜੋ ਕਲਾਇੰਟਸ ਆ ਜਿਹੜੇ ਸਾਡੇ ਨਾਲ ਨਵੇਂ ਜੁੜੇ ਆ, ਤਾਂ ਅਸੀਂ ਇਹ ਸੈਂਪਲ ਆਪਣਾ ਦੁਬਾਰਾ ਤੋਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਸੀ। ਸਾਰਾ ਇਹਦੇ ਉੱਪਰ ਹੈਂਡ ਵਰਕ ਹੈ, ਔਰ ਇਹਦੀਆਂ ਸਲੀਵਸ 'ਤੇ ਵੀ ਕੰਮ ਕੀਤਾ ਹੋਇਆ, ਤੁਸੀਂ ਦੇਖ ਹੀ ਸਕਦੇ ਹੋ, ਕੰਮ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ। ਔਰ ਬਹੁਤ ਪਿਆਰਾ ਇਹ ਸੂਟ ਹੈ, ਕਿਸੇ ਵੀ ਕਲਰ ਦੇ ਵਿੱਚ ਇਹਨੂੰ ਆਪਾਂ ਤਿਆਰ ਕਰ ਸਕਦੇ ਹਾਂ, ਔਰ ਕਿਸੇ ਵੀ ਫੈਬਰਿਕ 'ਤੇ ਤਿਆਰ ਕਰ ਸਕਦੇ ਹਾਂ। ਜਿਵੇਂ ਇਹ ਟਿਸ਼ੂ 'ਤੇ ਆ ਤਾਂ ਇਹਨੂੰ ਆਪਾਂ ਕਿਸੇ ਹੋਰ ਕਰੇਪ 'ਤੇ ਵੀ ਕਰ ਸਕਦੇ ਹੋ, ਔਰ ਗੈਂਜ਼ਾ 'ਤੇ ਵੀ। ਔਰ ਇਹ ਅਸੀਂ ਨੇ ਦੁਪੱਟਾ ਰੈਡੀ ਕੀਤਾ, ਦੁਪੱਟੇ ਦੇ ਪੱਲਿਆਂ 'ਤੇ ਉੱਪਰ ਵੀ ਕੰਮ ਹੈ, ਦੁਪੱਟੇ ਦੇ 4 ਸਾਈਡ ਕੱਟਦਾਨੇ ਦੇ ਨਾਲ ਅਸੀਂ ਕੱਟ ਵਰਕ ਕੀਤਾ ਹੋਇਆ, ਪਲੱਸ ਇਹਦੇ ਵਿੱਚ ਅਸੀਂ ਬੂਟੀ ਪਾਈ ਹੋਈ ਹੈ। ਔਰ ਜਿਹੜੀ ਇਹਦੇ ਨਾਲ ਬੋਟਮ ਹੈ ਉਹ ਕਰੇਪ 'ਤੇ ਆ, ਪਲੇਨ ਦੇ ਵਿੱਚ ਆ। ਅਗਰ ਤੁਸੀਂ ਟਿਸ਼ੂ 'ਤੇ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਟਿਸ਼ੂ 'ਤੇ ਕਰ ਸਕਦੇ ਹਾਂ, ਔਰ ਇਸ ਦੀਆਂ ਸਲੀਵਸ 'ਤੇ ਵੀ ਕੰਮ ਹੈ ਜੋ ਇਸ ਤਰੀਕੇ ਨਾਲ ਅਸੀਂ ਕੀਤਾ ਹੋਇਆ। ਔਰ ਇਹ ਬਹੁਤ ਹੀ ਪਿਆਰਾ ਸੂਟ ਹੈ, ਔਰ ਬਹੁਤ ਹੀ ਰੀਜ਼ਨੇਬਲ ਪ੍ਰਾਈਸ 'ਚ ਆ, ਪਲੱਸ ਇਹ ਪੂਰੇ ਸ਼ਰਟ ਦੇ ਉੱਪਰ ਕੰਮ ਹੈ। ਇਹ ਹੈਵੀ ਸੂਟ ਹੈ, ਇਹਨੂੰ ਆਪਾਂ ਕਿਸੇ ਵੀ ਓਕੇਜ਼ਨ 'ਤੇ ਆਰਾਮ ਦੇ ਨਾਲ ਕੈਰੀ ਕਰ ਸਕਦੇ ਹਾਂ। ਅਤੇ ਜਿਹੜਾ ਮੈਂ ਹੋਰ ਸੂਟ ਲੈ ਕੇ ਆਈ ਹਾਂ ਇਹ ਵੀ ਮੈਂ ਟਿਸ਼ੂ ਦੇ ਉੱਪਰ ਲੈ ਕੇ ਆਈ ਹਾਂ। ਇਸ ਨੂੰ ਅਸੀਂ ਕੁਛ ਅੱਜਕੱਲ੍ਹ ਸਟਾਈਲ ਦੇ ਵਿੱਚ ਆ ਜਿਹੜਾ ਇਹਦੇ ਉੱਪਰ ਅਸੀਂ ਹੈਂਡ ਵਰਕ ਕੀਤਾ ਹੋਇਆ, ਔਰ ਬਹੁਤ ਪਿਆਰਾ ਇਹ ਸੂਟ ਹੈ। ਇਹਨੂੰ ਵੀ ਆਪਾਂ ਕਿਸੇ ਵੀ ਕਲਰ ਔਰ ਕਿਸੇ ਵੀ ਫੈਬਰਿਕ ਦੇ ਉੱਪਰ ਹੈ ਜਿਹੜਾ ਤਿਆਰ ਕਰ ਸਕਦੇ ਹਾਂ। ਸਾਰਾ ਮਿਕਸ ਮਟੀਰੀਅਲ ਦਾ ਕੰਮ ਹੈ, ਦਬਕੇ ਦਾ ਕੰਮ ਹੈ, ਸਿੱਪੀ ਦਾ ਕੰਮ ਹੈ, ਕੱਟਦਾਣੇ ਦਾ ਕੰਮ ਹੈ, ਪਰਲਸ ਦਾ ਕੰਮ ਹੈ, ਮਤਲਬ ਬਹੁਤ ਪਿਆਰਾ ਇਹ ਬਣਿਆ। ਨੈਕ ਲਾਈਨ ਤਿਆਰ ਕੀਤੀ ਹੋਈ ਹੈ, ਪੂਰੀ ਸ਼ਰਟ ਦੇ ਉੱਪਰ ਕੰਮ ਹੈ, ਫੁੱਲ ਹੈਵੀ ਸੂਟ ਹੈ ਅੱਜਕੱਲ੍ਹ ਸਟਾਈਲ ਦੇ ਵਿੱਚ। ਔਰ ਇਹਦੀਆਂ ਜਿਹੜੀਆਂ ਸਲੀਵਸ ਆ ਉਹ ਵੀ ਅਸੀਂ ਪੂਰੀਆਂ ਹੈਵੀ ਰੈਡੀ ਕੀਤੀਆਂ ਹੋਈਆਂ। ਸਲੀਵਸ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਹੈਵੀ ਜਿਹੜੀ ਅਸੀਂ ਇਹਦੀ ਸਲੀਵਸ ਰੈਡੀ ਕੀਤੀ ਹੋਈ ਹੈ। ਔਰ ਜਿਹੜਾ ਇਹਦਾ ਦੁਪੱਟਾ ਹੈ ਟਿਸ਼ੂ 'ਤੇ ਆ, ਲਾਈਨਸ ਵਾਲਾ ਦੁਪੱਟਾ ਰੱਖਦੇ ਹੋਏ ਅਸੀਂ ਦੁਪੱਟੇ ਦੇ 4 ਸਾਈਡ ਕੱਟ ਵਰਕ ਕੀਤਾ, ਪਲੱਸ ਦੁਪੱਟੇ ਦੇ ਵਿੱਚ ਜਿਹੜੀ ਅਸੀਂ ਬੂਟੀ ਪਾਈ ਹੈ, ਔਰ ਜੋ ਇਹਦੇ ਨਾਲ ਅਸੀਂ ਬੋਟਮ ਹੈ ਉਹ ਪਲੇਨ ਦੇ ਵਿੱਚ ਅਸੀਂ ਰੈਡੀ ਕੀਤੀ ਹੈ, ਔਰ ਬਹੁਤ ਹੀ ਪਿਆਰਾ ਇਹ ਪੀਸ ਹੈ। ਔਰ ਜਿਹੜਾ ਮੈਂ ਇਹ ਸੂਟ ਲੈ ਕੇ ਆਈ ਹਾਂ ਇਹ ਵੀ ਮੈਂ ਟਿਸ਼ੂ ਦੇ ਉੱਪਰ ਲੈ ਕੇ ਆਈ ਹਾਂ, ਇਹਦੇ ਉੱਪਰ ਸਾਰਾ ਹੈਂਡ ਵਰਕ ਹੈ, ਔਰ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਇਹ ਸੂਟ ਹੈ। ਪੂਰਾ ਹੈਵੀ ਸ਼ਰਟ ਅਸੀਂ ਰੈਡੀ ਕੀਤਾ ਹੋਇਆ, ਸਾਰਾ ਹੈਂਡ ਵਰਕ ਹੈ, ਮਿਕਸ ਕੰਮ ਕੀਤਾ ਹੋਇਆ, ਆਪਾਂ ਸਿੱਪੀ ਕੱਟਦਾ ਨਹੀਂ, ਉਹ ਪਰਲਸ ਦੇ ਨਾਲ ਜਿਹੜਾ ਰੇਸ਼ਮ ਦੇ ਨਾਲ ਸਾਰਾ ਕੰਮ ਕੀਤਾ, ਇਹਦਾ ਘੇਰਾ ਵੀ ਬਹੁਤ ਡਿਫਰੈਂਟ ਹੈ ਅਸੀਂ ਰੈਡੀ ਕੀਤਾ ਹੈ। ਔਰ ਇਹਦੀਆਂ ਸਲੀਵਸ ਵੀ ਬਹੁਤ ਸੋਹਣੀਆਂ ਅਸੀਂ ਤਿਆਰ ਕੀਤੀਆਂ ਹੋਈਆਂ, ਔਰ ਇਹ ਅਸੀਂ ਇਹਦੀਆਂ ਸਲੀਵਸ ਰੈਡੀ ਕੀਤੀਆਂ ਹੋਈਆਂ, ਔਰ ਬਹੁਤ ਹੈਵੀ ਸੂਟ ਹੈ। ਔਰ ਮੈਂ ਇਹਦੀ ਬੋਟਮ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ, ਬੋਟਮ ਦੇ ਉੱਪਰ ਵੀ ਐਮਬਰੋਇਡਰੀ ਹੈ, ਤੁਸੀਂ ਬੋਟਮ ਇਹਦੀ ਦੇਖ ਹੀ ਸਕਦੇ ਹੋ। ਜਿਸ ਤਰੀਕੇ ਨਾਲ ਸਲੀਵਸ 'ਤੇ ਕੰਮ ਹੈ ਉਸੇ ਤਰੀਕੇ ਨਾਲ ਅਸੀਂ ਜਿਹੜਾ ਪੌਂਚਾ ਰੈਡੀ ਕੀਤਾ ਸਲਵਾਰ ਰੈਡੀ ਕੀਤੀ ਹੋਈ ਹੈ। ਔਰ ਜਿਹੜਾ ਇਹਦਾ ਦੁਪੱਟਾ ਹੈ ਉਹ ਮੈਂ ਕੁਛ ਇਸ ਤਰੀਕੇ ਦਾ ਪ੍ਰਿੰਟਿਡ ਦੁਪੱਟਾ ਰੱਖਦੇ ਹੋਏ ਵਿੱਚ ਅਸੀਂ ਬੂਟੀ ਪਾਈ ਹੈ, ਔਰ 4 ਸਾਈਡ ਲੈਸ ਲਗਾਉਂਦੇ ਹੋਏ ਦੁਪੱਟੇ ਨੂੰ ਅਸੀਂ ਫਿਨਿਸ਼ ਕੀਤਾ, ਔਰ ਇਹ ਬਹੁਤ ਹੀ ਪਿਆਰਾ ਸੂਟ ਹੈ। ਇਸ ਨੂੰ ਵੀ ਆਪਾਂ ਕਿਸੇ ਵੀ ਕਲਰ 'ਤੇ ਔਰ ਕਿਸੇ ਵੀ ਫੈਬਰਿਕ ਦੇ ਉੱਪਰ ਹੈ ਜਿਹੜਾ ਇਹਨੂੰ ਆਪਾਂ ਤਿਆਰ ਕਰ ਸਕਦੇ ਹਾਂ। ਔਰ ਜਿਹੜਾ ਮੈਂ ਹੁਣ ਸੂਟ ਲੈ ਕੇ ਆਈ ਹਾਂ ਇਹ ਮੈਂ ਨੈਚੁਰਲ ਕਰੇਪ 'ਤੇ ਲੈ ਕੇ ਆਈ ਹਾਂ, ਇਹ ਵੀ ਅਸੀਂ ਔਨ ਆਰਡਰ ਹੀ ਤਿਆਰ ਕੀਤਾ, ਹੈਂਡ ਵਰਕ ਕੀਤਾ ਹੋਇਆ ਹੈ, ਇਹਦੇ 'ਤੇ ਦਬਕੇ ਦਾ ਕੰਮ ਹੈ, ਪਾਲਸ ਦਾ ਕੰਮ ਹੈ, ਔਰ ਬਹੁਤ ਸੋਹਣਾ ਇਹ ਸੂਟ ਬਣਿਆ। ਇੰਨਾ ਸਿੰਪਲ ਸੋਬਰ ਜਿਹਾ ਡਿਜ਼ਾਇਨ ਹੈ, ਮਤਲਬ ਬਾਲਾ ਹੈਵੀ ਨਹੀਂ ਹੈ, ਸ਼ਾਇਦ ਉਹਨਾਂ ਨੇ ਕਿਸੇ ਨੂੰ ਅੱਗੇ ਗਿਫਟ ਕਰਨਾ, ਔਰ ਬਹੁਤ ਪਿਆਰਾ ਇਹ ਸੂਟ ਤਿਆਰ ਹੋਇਆ। ਸਿੱਪੀ ਦੇ ਨਾਲ ਅਸੀਂ ਬੂਟੀ ਬਣਾਈ ਹੈ, ਨੈਕ ਲਾਈਨ ਤਿਆਰ ਕੀਤੀ ਹੈ, ਲਾਈਕ ਯੋਕ ਦੇ ਉੱਪਰ ਹੀ ਇਹ ਲਾਈਨ ਆਏਗੀ, ਔਰ ਸਿੰਪਲ ਸੋਬਰ ਜਿਹਾ ਬਹੁਤ ਪਿਆਰਾ ਸੂਟ ਹੈ, ਔਰ ਬਹੁਤ ਹੀ ਰੀਜ਼ਨੇਬਲ ਪ੍ਰਾਈਸ 'ਤੇ ਆ। ਔਰ ਇਹਦੇ ਬੋਟਮ 'ਤੇ ਵੀ ਵਰਕ ਕੀਤਾ ਜਿੱਦਾਂ ਜਿਗ ਜੈਗ
च असी सिप्पी लगाई हुई है और इन्दे नाल तुसी पेंट जा स्ट्रेट सलवार रेडी कर सकते हो और इन्दा जिहड़ा दुपट्टा उन्होंने हाफ प्योर चिनोन का लगवाया तुसी प्योर चिनोन भी कर सकते हो तुसी ऑर्गेंजा ते भी कर सकते हो। दुपट्टे दी फोर साइड असी जिहड़ा सिप्पी दे नाल जिगजैग लाइनस बनाई है प्लस जिस तरीके नाल असी बूटी पाई है उस तरीके नाल है जिहड़ी असी दुपट्टे दे विच भी बूटी पाई है और इन स्लीव्स भी रेडी है। स्लीव्स एज इट बॉटम की तरह ही असी रेडी की है लाइक ये तीन लाइनस है जिहड़ियां बॉटम दे विच असी पाई है और इन आप किसी भी कलर के उपर तैयार कर सकते हैं और यह क्रेप के उपर भी बहुत सोहनी लुक दे रहा है। अगर इन आप खादी के उपर रेडी करना ओबियस आप इन खादी के उपर भी रेडी कर सकते हैं। और जिहड़ा मैं अगला सूट लेके आई हाँ यह मैं ऑर्गेंजा फैब्रिक पर लेके आई हाँ इनके उपर सारा मीनाकारी काम किया हो और काम करते हुए उन्होंने सारा असी हैंडवर्क के नाल है जो प्रोपर हाईलाइट किया हो तुसी देख सकते हो कि असी किस तरीके दे नाल है जिहड़ा फील करते हुए दबके का जिहड़ा काम किया है और बहुत ही सोहना सूट है। यह बहुत हैवी सूट है और बहुत ही रीजनेबल प्राइस पर आ और इन्हें बैक घेरे के उपर भी काम है लाइक इस तरीके दे नाल बैक घेरे पर काम है और यही वाला काम है जिहड़ा स्लीव्स पर आ। बॉटम इन्दे नाल प्लेन है वह क्रेप पर आ नैचुरल क्रेप पर आ और दुपट्टा इनका ऑर्गेंजा पर आ। दुपट्टा कुछ इस तरीके असी रेडी किया पैचवर्क करते हुए गोटा पत्ती दे नाल और लैस दे नाल असी जिहड़ा पूरा दुपट्टा फिनिश किया और बहुत ही प्यारा ये भी सूट है और इन्दे विच अपने कोल तीन तो चार कलर है जिहड़े अवेलेबल आ और अगर तुसी कोई होर कलर इन्दे विच देखना चाहते हो तो तुसी मैनूं व्हाट्सएप पर मैसेज कर सकते हो। व्हाट्सएप नंबर ऑलरेडी मैं स्क्रीन के उपर जिहड़ा शेयर किया हुआ है और यह सीगा मेरा अज का ब्लॉग जिन्ना कु भी टाइम निकलिया सी तुहाडे नाल शेयर किया। इस ब्लॉग दे विच मैं तुहाडे नाल पांच सूट शेयर किए हैं अगर इन्हां सूटां दे विच कोई भी सूट चंगा लगता है तो स्क्रीनशॉट लेंदे हुए व्हाट्सएप पर या इंस्टाग्राम पर मेरे शेयर करते हुए डिटेल्स पता कर सकते हो। व्हाट्सएप नंबर और इंस्टाग्राम जो अपना आईडी है मैं ऑलरेडी स्क्रीन के उपर शेयर की हुई है और मैं अपना एड्रैस भी स्क्रीन के उपर मैनशन कर रही हूँ तुम मेरे को विजिट कर सकते हो। तुम विजिट करने तो एक दिन पहला सू या दो दिन पहला कॉल्स कर सकते हो ता जो तुम अपनी अपॉइंटमेंट्स है जो बुक करा सको और बहुत सारे होर भी अपने को डिजाइनस होंगे जो कि असी स्क्रीन के उपर प्रोपर शेयर नहीं कर सकते गे तो मेरी तो सारे अगे ही रिक्वेस्ट होंगी है कि तुम साढ़े को विजिट करो। विजिट करते हुए ज़्यादा पहचान आती है फैब्रिक की भी और एम्ब्रॉयडरी की भी और यह मेरा अज का ब्लॉग तो हूँ मैं तुम्हें मिलेंगी अपने अगले ब्लॉग के ये ब्लॉग बनाऊँगी अगर मेरे तो कोई गलती हुई होगी तो मैं माफ़।